ਮਾਹਿਲਪੁਰ ਦੇ ਵਿੱਚ ਚਿੱਟੇ ਦਿਨ ਵਾਰਦਾਤ ਹੋਈ ਹੈ। ਸ਼ਹਿਰ ਦੇ ਮੁੱਖ ਚੌਕ ਤੇ ਤਿੰਨ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਇੱਕ ਕੱਪੜਾ ਵਪਾਰੀ ਨੂੰ ਡਰਾ ਧਮਕਾ ਕੇ 5 ਕਰੋੜ ਦੀ ਫਿਰੌਤੀ ਮੰਗੀ ਗਈ ਹੈ। ਮੁਲਜ਼ਮਾਂ ਨੇ ਵਪਾਰੀ ਨੂੰ ਡਰਾਉਣ ਦੇ ਲਈ ਸ਼ਰੇਆਮ ਗੋਲੀਆਂ ਚਲਾਈਆਂ। ਦੱਸਿਆ ਜਾ ਰਿਹਾ ਕਿ ਤਿੰਨ ਨਕਾਬਪੋਸ਼ ਵਿਅਕਤੀ ਸਪਲੈਂਡਰ ਮੋਟਰਸਾਈਕਲ ਤੇ ਹਥਿਆਰਾਂ ਦੇ ਨਾਲ ਲੈਸ ਹੋ ਕੇ ਚਾਵਲਾ ਕਲੋਥ ਹਾਊਸ ਪਹੁੰਚੇ, ਜਿੱਥੇ ਪਹਿਲਾਂ ਉਹਨਾਂ ਨੇ ਦੁਕਾਨ ਦੇ ਬੋਰਡ ਤੇ 12 ਰਾਊਂਡ ਦੇ ਕਰੀਬ ਫਾਇਰ ਕੀਤੇ। ਇਸ ਉਪਰੰਤ ਇੱਕ ਵਿਅਕਤੀ ਦੇ ਵੱਲੋਂ ਦੁਕਾਨ ਵਿੱਚ ਦਾਖਲ ਹੋ ਕੇ ਇੱਕ ਸਲਿੱਪ ਰੱਖ ਦਿੱਤੀ ਗਈ, ਜਿਸ ਤੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਦੱਸਿਆ ਜਾ ਰਿਹਾ ਕਿ ਇਹ ਫਿਰੌਤੀ ਸੌਰਵ ਕੌਸ਼ਲ ਚੌਧਰੀ ਗਰੁੱਪ ਵੱਲੋਂ ਮੰਗੀ ਗਈ ਹੈ। ਉੱਥੇ ਹੀ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪੁੱਜੀ। ਪੁਲਿਸ ਦੇ ਵੱਲੋਂ CCTV ਫੁਟੇਜ ਦੇਖੀ ਜਾ ਰਹੀ ਹੈ, ਕੈਮਰੇ ਖੰਗਾਲੇ ਜਾ ਰਹੇ ਨੇ, ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਹਜੇ ਮੌਕਾ ਦੇਖਦੇ ਪਏ ਆ ਜੀ, ਹਜੇ ਤਾਂ ਕੈਮਰੇ ਕੁਮਰੇ ਚੈੱਕ ਕਰਦੇ ਪਏ ਆ। ਇਨਫੋਰਮੇਸ਼ਨ ਦੁਕਾਨ ਤੋਂ ਫੋਨ ਆਇਆ ਹੈਗਾ ਤੇ ਚੌਂਕ 'ਚ ਸਾਡਾ ਡਿਊਟੀ ਤੇ ਮੁੰਡਾ ਹੋਇਆ ਇੱਕ ਖੜਾ, ਉਹਨੇ ਦੱਸਿਆ ਹੈ ਇੰਨੇ ਕੁ ਹੋਏ ਆ, 12 ਕੁ ਹੋਏ ਆ। ਅੱਗੇ CCTV ਚੈੱਕ ਕਰ ਰਹੇ ਹਾਂ ਹਜੇ, ਉਹ ਤੋਂ ਫਿਰ ਜੋ ਮਿਲਦਾ ਕਲੂ ਉਸ ਮੁਤਾਬਕ ਕਰਾਂਗੇ ਕਾਰਵਾਈ। ਸਰ ਅਸੀਂ ਮੌਕੇ ਤੇ ਇੱਥੇ ਹੀ ਮਾਰ, ਨਹੀਂ ਇਹਨਾਂ ਦੇ ਕੈਮਰੇ ਖਰਾਬ ਆ ਥੋੜੇ, ਉਹ ਚੈੱਕ ਕਰਦੇ ਪਏ ਆਸ ਪਾਸ ਦੇ। ਹਾਂਜੀ ਕੋਸ਼ਿਸ਼ ਪੂਰੀ ਆ ਫੜੇ ਜਾਣ। ਉੱਥੇ ਹੀ ਵਾਰਦਾਤ ਤੋਂ ਬਾਅਦ ਮਾਹਿਲਪੁਰ ਦੇ ਵਪਾਰੀ ਵਰਗ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਫਾਇਰਿੰਗ ਕਰਨ ਤੋਂ ਬਾਅਦ ਪਾਤੀ ਦਿੱਤੀ ਤੁਹਾਨੂੰ? ਕੋਈ ਮੈਸੇਜ ਦਿੱਤਾ ਤੁਹਾਨੂੰ? ਤੁਹਾਡੇ ਹਿਸਾਬ ਨਾਲ ਕਿੰਨੇ ਟੋਟਲ ਫਾਇਰ ਹੋਏ ਨੇ? ਤੁਹਾਨੂੰ ਕੋਈ ਗੱਲਬਾਤ ਕੀਤੀ ਹੋਵੇ? ਇਸ ਵੇਲੇ ਕਿੰਨੇ ਕੁ ਵਜੇ ਦਾ ਵਾਕਿਆ ਜੀ? ਕਿਹੜੇ ਮੋਟਰਸਾਈਕਲ ਸੀਗੇ? ਕਿੱਧਰੋਂ ਆਏ ਸੀਗੇ? ਕਿੱਦਾਂ ਦੇ ਸੀਗੇ ਦੇਖਣ ਨੂੰ? ਸਰ ਅੱਜ ਮਾਲਪੁਰ ਮੇਨ ਚੌਂਕ ਦੇ ਵਿੱਚ ਜਿਹੜੀ ਦਿਨ ਦਿਹਾੜੇ ਸਵੇਰੇ 10:30 ਵਜੇ ਦੇ ਲਗਭਗ 10-12 ਫਾਇਰ ਜਿਹੜੇ ਕੀਤੇ ਗਏ ਆ ਚਾਵਲਾ ਕਲੋਥ ਹਾਊਸ 'ਤੇ, ਬੜੀ ਮੰਦਭਾਗੀ ਘਟਨਾ ਆ। ਔਰ ਇਹ 2-4 ਦਿਨ ਤੋਂ ਮਾਲਪੁਰ ਦੇ ਵਿੱਚ ਘਟਨਾਵਾਂ ਹੋ ਰਹੀਆਂ ਆ ਔਰ ਜਿਹੜੀਆਂ ਬੜੀਆਂ ਮੰਦਭਾਗੀਆਂ, ਔਰ ਅਸੀਂ ਵਪਾਰੀ ਵਰਗ ਜਿਹੜਾ ਵਾ ਇਸ ਘਟਨਾਵਾਂ ਦੀ ਸਖ਼ਤ ਨਿੰਦਾ ਕਰਦੇ ਹਾਂ ਔਰ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ, SSP ਹੁਸ਼ਿਆਰਪੁਰ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਿਹੜੇ ਹਮਲਾਵਰ ਆ ਤੁਰੰਤ ਫੜੇ ਜਾਣ ਤਾਂ ਜੋ ਜਿਹੜਾ ਵਪਾਰੀ ਵਰਗ ਆ ਉਹ ਸੁੱਖ ਦਾ ਸਾਹ ਲਵੇ। ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਪੰਜਾਬ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਵਿੱਚ ਉਹ ਵਪਾਰੀ ਵਰਗ ਦਾ ਪੂਰਨ ਸਹਿਯੋਗ ਕਰਨ ਔਰ ਇਹ ਹਮਲਾਵਰ ਜਲਦੀ ਤੋਂ ਜਲਦੀ ਫੜੇ ਜਾਣ ਤਾਂ ਜੋ ਮਾਲਪੁਰ ਦੇ ਵਿੱਚ ਦੁਕਾਨਦਾਰ ਜਿਹੜੇ ਅੱਜ ਸਹਿਮੇ ਹੋਏ ਆ ਉਹ ਸੁੱਖ ਸ਼ਾਂਤੀ ਨਾਲ ਆਪਣਾ ਦੁਕਾਨਦਾਰੀ ਕਰ ਸਕਣ।